ਤਾਂ ਖਬਰ ਪੱਕੀ ਹੈ ਵਿੱਚ ਹੁਣ ਗੱਲ ਕਰਾਂਗੇ ਅੱਜ ਦੀ ਕੈਂਪੇਨ ਦੀ। ਨਸ਼ੇ ਖਿਲਾਫ਼ ਲੋਕਾਂ ਨੂੰ ਲਾਮਬੱਧ ਕਰਨ ਤਹਿਤ ਜਾਰੀ ਇਸ ਮੁਹਿੰਮ ਤਹਿਤ ਜ਼ੀ ਪੰਜਾਬ ਹਰਿਆਣਾ ਹਿਮਾਚਲ ਵੱਲੋਂ ਇੱਕ ਅਹਿਮ ਕਦਮ ਚੁੱਕਿਆ ਗਿਆ, ਜਿਸ ਤਹਿਤ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਾਉਣ ਲਈ ਰੋਜ਼ਾਨਾ ਉਹਨਾਂ ਦੇ ਸਕੂਲ 'ਚ ਪ੍ਰੇਅਰ ਮੌਕੇ ਸਹੁੰ ਚੁਕਾਈ ਗਈ ਅਤੇ ਇਸੇ ਤਹਿਤ ਲੁਧਿਆਣਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਮੋਤੀ ਨਗਰ 'ਚ ਬੱਚਿਆਂ ਨੇ ਸਹੁੰ ਚੁੱਕੀ ਅਤੇ ਸਭ ਨੂੰ ਨਸ਼ਿਆਂ ਖਿਲਾਫ਼ ਸੁਨੇਹਾ ਵੀ ਦਿੱਤਾ ਕਿ ਮੈਂ ਵੀ ਆਜ਼ਾਦ, ਮੇਰੀ ਸੋਚ ਵੀ ਆਜ਼ਾਦ, ਨਸ਼ੇ ਨੂੰ ਮੇਰਾ ਕੋਰਾ ਜਵਾਬ, ਕਰਾਂਗੇ ਆਬਾਦ ਆਪਣਾ ਪੰਜਾਬ। ਮੈਂ ਆਜ਼ਾਦ, ਮੇਰੀ ਸੋਚ ਵੀ ਆਜ਼ਾਦ, ਨਸ਼ਿਆਂ ਨੂੰ ਮੇਰਾ ਕੋਰਾ ਜਵਾਬ, ਕਰਾਂਗੇ ਆਬਾਦ ਆਪਣਾ ਪੰਜਾਬ। ਮਕਸਦ ਸਾਡਾ ਇਹੀ ਆ ਵੀ ਨਸ਼ਾ ਮੁਕਤ ਪੰਜਾਬ ਜਿਹੜਾ ਸਾਡਾ, ਕਿਉਂਕਿ ਜ਼ਿਆਦਾਤਰ ਬੱਚੇ ਸਾਡੇ ਕੋਲ ਸਲੰਮ ਏਰੀਏ ਦੇ ਨੇ ਅਤੇ ਸਲੰਮ ਏਰੀਏ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਇਹ ਨਸ਼ੇ ਦੀ ਵਰਤੋਂ ਵੀ ਹੁੰਦੀ ਆ। ਖੈਰ ਸਲੰਮ ਏਰੀਆ ਨਹੀਂ ਹੈ, ਹਾਈ ਲੈਵਲ 'ਤੇ ਵੀ ਚੱਲ ਰਿਹਾ ਅਤੇ ਮਕਸਦ ਸਾਡਾ ਸਮਾਰਟ ਸਕੂਲ ਮੋਤੀ ਨਗਰ ਦੇ ਕੀ ਆ, ਕਿਉਂਕਿ ਜਿਹੜਾ ਇੱਕ ਟੀਚਰ ਆ ਉਹਨੇ ਸਿਰਫ ਸਕੂਲ ਦੇ ਵਿੱਚ ਨਹੀਂ ਕੰਮ ਕਰਨਾ, ਉਹਦਾ ਜਿਹੜਾ ਇਫੈਕਟ ਆ ਸਮਾਜ ਦੇ ਵਿੱਚ ਵੀ ਜਾਣਾ ਬਹੁਤ ਜ਼ਰੂਰੀ ਆ। ਅਸੀਂ ਬੱਚਿਆਂ ਨੂੰ ਸਹੁੰ ਵੀ ਖਵਾਈ ਆ ਕਿ ਮੈਂ ਆਜ਼ਾਦ, ਮੇਰੀ ਸੋਚ ਵੀ ਆਜ਼ਾਦ, ਨਸ਼ੇ ਨੂੰ ਮੇਰਾ ਕੋਰਾ ਜਵਾਬ, ਕਰਾਂਗੇ ਮੁਕਤ ਆਪਣਾ ਪੰਜਾਬ। ਅੱਜ ਸਾਡੇ ਸਕੂਲ ਵਿੱਚ ਜੀ ਪੰਜਾਬ ਚੈਨਲ ਵਾਲੇ ਆਏ ਸੀ, ਉਹਨਾਂ ਨੇ ਸਾਨੂੰ ਨਸ਼ੇ ਤੋਂ ਬਚਣ ਬਾਰੇ ਸਹੁੰ ਚੁਕਾਈ ਹੈ। ਨਸ਼ਾ ਵਿਰੁੱਧ ਸਹੁੰ ਚੁੱਕੀ ਗਈ ਹਾਂ, ਜਿਸ ਵਿੱਚ ਸਮਾਜ ਨੂੰ ਨਸ਼ਾ ਮੁਕਤ ਦਾ ਸੁਨੇਹਾ ਦਿੱਤਾ ਗਿਆ ਹੈ। ਨਸ਼ੇ ਖਿਲਾਫ਼ ਸਹੁੰ ਚੁੱਕੀ ਹੈ, ਆਪਾਂ ਨਸ਼ਾ ਖਤਮ ਕਰਨ ਲਈ ਸੁਨੇਹਾ ਦਿੱਤਾ।